ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਰਾਕੇਸ਼ ਅਰੋੜਾ, DM ਐਂਡੋਕਰੀਨੋਲੋਜੀ। ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ੂਗਰ, ਥਾਇਰਾਇਡ ਅਤੇ ਹੋਰ ਹਾਰਮੋਨਲ ਸਮੱਸਿਆਵਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਜੇ ਸ਼ੂਗਰ ਦੀ ਗੱਲ ਕਰੀਏ ਤਾਂ ਸ਼ੂਗਰ ਵਿੱਚ ਮਰੀਜ਼ ਨੂੰ ਜ਼ਿਆਦਾ ਪਿਆਸ ਲੱਗਣਾ, ਜ਼ਿਆਦਾ ਪਿਸ਼ਾਬ ਆਉਣਾ, ਭੁੱਖ ਜ਼ਿਆਦਾ ਲੱਗਣਾ, ਵਜ਼ਨ ਘਟਣਾ, ਇਹ ਸਭ ਤਕਲੀਫਾਂ ਰਹਿ ਸਕਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇਹ ਸਭ ਤਕਲੀਫਾਂ ਨਾ ਹੋਣ ਦੇ ਬਾਵਜੂਦ ਵੀ ਸ਼ੂਗਰ ਰਹਿ ਸਕਦੀ ਹੈ। ਇਹੋ ਜਿਹੇ ਮਰੀਜ਼ਾਂ ਦਾ ਜੇ ਇਲਾਜ ਸਹੀ ਸਮੇਂ 'ਤੇ ਨਾ ਹੋਏ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਅੱਖਾਂ, ਗੁਰਦੇ, ਲਿਵਰ, ਹੋਰ ਹੱਥਾਂ ਪੈਰਾਂ ਦੀਆਂ ਨਸਾਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮੇਂ ਸਿਰ ਇਹ ਸ਼ੂਗਰ ਦਾ ਟੈਸਟ ਕੀਤਾ ਜਾਏ ਅਤੇ ਉਹਦਾ ਨਿਦਾਨ ਕੀਤਾ ਜਾਏ। ਇਸ ਲਈ ਹਰ 35 ਸਾਲ ਤੋਂ ਵੱਧ ਉਮਰ ਦੇ ਇਨਸਾਨ ਨੂੰ ਆਪਣਾ ਸ਼ੂਗਰ ਟੈਸਟ ਨਿਯਮਿਤ ਰੂਪ ਨਾਲ ਕਰਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਥਾਇਰਾਇਡ ਸਮੱਸਿਆਵਾਂ ਅੱਜ ਕੱਲ੍ਹ ਔਰਤਾਂ ਵਿੱਚ ਖਾਸ ਕਰ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਇਹਦੇ ਨਾਲ ਨੀਂਦ ਜ਼ਿਆਦਾ ਆਉਣਾ, ਥਕਾਵਟ ਮਹਿਸੂਸ ਹੋਣਾ, ਹੱਥਾਂ ਪੈਰਾਂ 'ਚ ਦਰਦਾ ਰਹਿਣਾ, ਵਾਲ ਚੜ੍ਹਨਾ, ਇਹ ਸਭ ਤਕਲੀਫਾਂ ਰਹਿ ਸਕਦੀਆਂ ਹਨ ਅਤੇ ਲੰਬੇ ਸਮੇਂ 'ਚ ਮਰੀਜ਼ ਦੀਆਂ ਹੱਡੀਆਂ ਅਤੇ ਦਿਲ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਹਾਰਮੋਨਲ ਸਮੱਸਿਆਵਾਂ ਜਿਵੇਂ ਪੁਰਸ਼ ਹਾਰਮੋਨ ਦੀ ਕਮੀ, ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ, ਔਰਤਾਂ ਦੇ ਚਿਹਰੇ 'ਤੇ ਵਾਲ ਆਉਣਾ, PCOD, ਕਮਜ਼ੋਰ ਹੱਡੀਆਂ, ਓਸਟੀਓਪਰੋਸਿਸ, ਇਹ ਸਭ ਬਿਮਾਰੀਆਂ ਵੀ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਇਹਨਾਂ ਬਿਮਾਰੀਆਂ 'ਚੋਂ ਕਿਸੇ ਨਾਲ ਪੀੜਿਤ ਹੋ ਤਾਂ ਅੱਜ ਹੀ ਬਾਬਾ ਜਗਤਾਰ ਸਿੰਘ ਜੀ ਦੁਆਰਾ ਸੰਚਾਲਿਤ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਤਰਨ ਤਾਰਨ ਵਿਖੇ ਆਓ ਅਤੇ ਵਧੀਆ ਤਰੀਕੇ ਨਾਲ ਆਪਣਾ ਇਲਾਜ ਕਰਾਓ ਅਤੇ ਇਹ ਸੇਵਾਵਾਂ ਦਾ ਲਾਭ ਉਠਾਓ। ਧੰਨਵਾਦ।